ਬੜਾ ਹੀ ਚੰਗਾ ਲੱਗਿਆ ਅੱਜ ਇੱਥੇ ਆ ਕੇ। ਅਸੀਂ ਬਹੁਤ ਦਫ਼ਾ ਫਿਲਮੀ ਸਮਾਗਮਾਂ 'ਚ ਜਾਈਦਾ, ਪਰ ਇੱਥੇ ਆ ਕੇ ਦਿਲ ਨੂੰ ਸਕੂਨ ਮਿਲਿਆ, ਕਿਉਂਕਿ ਇੱਕ ਬਹੁਤ ਹੀ ਚੰਗਾ ਉਪਰਾਲਾ ਹੋ ਰਿਹਾ। ਮੈਂ ਸ਼ੁਕਰਗੁਜ਼ਾਰ ਹਾਂ ਸਾਡੇ SPM ਸਾਹਿਬ ਡਾਕਟਰ ਸੰਜੀਵ ਜੀ ਦਾ, ਇਹਨਾਂ ਨੇ ਬਹੁਤ ਹੀ ਅੱਛਾ ਉਪਰਾਲਾ ਕੀਤਾ ਔਰ ਲਗਾਤਾਰ ਕਰ ਰਹੇ ਨੇ ਆਪਣੇ ਕੰਮ ਦੇ ਨਾਲ ਨਾਲ। ਲੋਕਾਂ ਦੀ ਭਲਾਈ ਵਾਸਤੇ ਜਿਹੜੀ ਕਿ ਬਿਮਾਰੀ ਆ ਚੁੱਕੀ ਹੈ ਨਸ਼ੇ ਦੀ, ਸਾਰੀ ਦੁਨੀਆਂ 'ਚ ਹੀ ਹੈ, ਆਪਣੇ ਆਪਾਂ ਵੀ ਉਹਦੇ ਵਿੱਚੋਂ ਹੀ ਹਾਂ, ਤਾਂ ਇਹਨਾਂ ਦੇ ਉਪਰਾਲੇ ਨੂੰ ਸਲਾਮ ਹੈ ਔਰ ਵਾਹਿਗੁਰੂ ਕਰੇ ਇਹਨੂੰ ਫਲੀਆਂ ਲੱਗਣ, ਅਤੇ ਕੋਸ਼ਿਸ਼ ਕਰਾਂਗੇ ਜਿੱਥੇ ਵੀ ਅਗਾਂਹ ਨੂੰ ਵੀ ਕਦੇ ਮੌਕਾ ਮਿਲੇਗਾ ਅਸੀਂ ਉਹਦੇ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼। ਅੱਜ ਕੱਲ੍ਹ ਦੀ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਪੀੜ੍ਹੀ ਨੂੰ ਉਹ ਵੀ ਹੈ ਜੀ ਕਿ ਜਿਸ ਤਰ੍ਹਾਂ ਅਸੀਂ ਆਹ ਡਰਾਮੇ 'ਚ ਵੀ ਵੇਖ ਰਹੇ ਹਾਂ, ਜਿਸ ਤਰ੍ਹਾਂ ਸਾਡੇ ਅਫਸਰ ਸਾਹਿਬਾਨ ਵੀ ਸਮਝਾ ਰਹੇ ਨੇ ਕਿ ਨਸ਼ਿਆਂ ਤੋਂ ਬਚਣਾ ਚਾਹੀਦਾ, ਜੇ ਕਿਸੇ ਕੋਈ ਇਸ ਤਰ੍ਹਾਂ ਦੇ ਨਸ਼ੇ 'ਚ ਘਿਰ ਚੁੱਕਿਆ ਤਾਂ ਉਹਦਾ ਇਲਾਜ ਹੋ ਸਕਦਾ, ਇੱਕ ਬਿਮਾਰੀ ਹੈ ਨਾ ਕਿ ਕੋਈ ਬਹੁਤ ਵੱਡੀ ਗੱਲ ਨਹੀਂ, ਇਹ ਕੁਛ ਦਿਨਾਂ 'ਚ ਠੀਕ ਹੋ ਜਾਂਦਾ। ਜੇ ਸਰ ਪੰਜਾਬ 'ਚ ਨਸ਼ਾ ਮੁਕਤ ਕਿਵੇਂ ਕੀਤਾ ਜਾ ਸਕਦਾ ਜੀ ਤੁਹਾਡੇ? ਜੋ ਅੱਜ ਕੱਲ੍ਹ ਚੱਲ ਰਿਹਾ ਜੀ, ਮੇਰੇ ਖਿਆਲ 'ਚ ਸਹੀ ਸਟੈਪ ਚੱਕੇ ਜਾ ਰਹੇ ਨੇ। ਸਾਡੀ ਪੁਲਿਸ ਬਹੁਤ ਹੀ ਅੱਛੀ ਪੁਲਿਸ ਗਿਣੀ ਜਾਂਦੀ ਹੈ, ਸਾਡੇ ਡਾਕਟਰ ਸੁਨੀਲ ਜੀ ਵਰਗੇ ਅਫਸਰ ਨੇ ਜਿਹੜੇ ਇਹ ਤਹਿ ਦਿਲ ਤੋਂ ਸੱਚਾਈ ਨਾਲ ਲੱਗੇ ਹੋਏ ਨੇ। ਜਿਸ ਤਰ੍ਹਾਂ ਸਾਡੇ DC ਸਾਹਿਬ ਨੇ ਬਹੁਤ ਅੱਛਾ ਸਪੀਚ ਦਿੱਤੀ ਔਰ ਹਰ ਚੀਜ਼ ਤੋਂ ਜਾਣੂ ਕਰਵਾਇਆ ਬੱਚਿਆਂ ਨੂੰ। ਗੱਲ ਸਰ, ਅਸੀਂ ਵੀ ਛੋਟੇ ਜਿਹੇ ਸੀ ਜਦੋਂ ਤੁਹਾਡੀਆਂ ਮੂਵੀਆਂ ਦੇਖਦੇ ਆ ਰਹੇ ਹਾਂ, ਅਤੇ ਤੁਹਾਡੇ 'ਤੇ ਉਹੀ ਨੂਰ ਚਿਹਰੇ 'ਤੇ ਉਹੀ ਗੱਲਬਾਤ, ਤੁਹਾਡੀ ਤੰਦਰੁਸਤੀ ਦਾ ਰਾਜ ਪਾਸਾ ਲਾਸ ਖਾਂਦਾ। ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਜੀ, ਤੁਸੀਂ ਮੇਰੀ ਇੱਜ਼ਤ ਅਫਜ਼ਾਈ ਕੀਤੀ, ਹੌਸਲਾ ਵਧਾਇਆ, ਲੇਕਿਨ ਇਹ ਤਾਂ ਵਾਹਿਗੁਰੂ ਜਾਣਦਾ, ਲੇਕਿਨ ਮੈਂ ਸਮਝਦਾ ਜੋ ਵੀ ਇਹ ਮਾਲਕ ਵੱਲੋਂ ਜੋ ਬਖਸ਼ਿਸ਼ਾਂ ਹੁੰਦੀਆਂ ਉਹੀ ਹੁੰਦੀਆਂ, ਤੁਹਾਨੂੰ ਸਿਹਤ ਤਾਂ ਮਿਲ ਜਾਂਦੀ ਹੈ, ਪਰ ਉਹਨੂੰ ਸੰਭਾਲਣਾ ਫਿਰ ਤੁਹਾਡੇ ਆਪਣੇ ਹੱਥ 'ਚ। ਕੋਸ਼ਿਸ਼ ਇਹ ਹੈ ਵੀ ਜਿਸ ਤਰ੍ਹਾਂ ਸਾਡੀ ਲਾਈਨ ਹੈ, ਇਹਦੇ ਵਿੱਚ ਅਸੀਂ ਐਕਸਰਸਾਈਜ਼ ਵੀ ਅੱਛੀ ਕਰਦੇ ਹਾਂ ਔਰ ਚੰਗੀ ਖੁਰਾਕ ਦਾ ਵੀ ਖਿਆਲ ਰੱਖੀਦਾ, ਲੇਕਿਨ ਇੱਕ ਗੱਲ ਮੈਂ ਹਮੇਸ਼ਾ ਕਹਿੰਦਾ ਕਿ ਅੰਦਰੋਂ ਤੁਹਾਡੀ ਸੋਚ ਅੱਛੀ ਰੱਖੋ, ਜਦ ਤੁਹਾਡੀ ਸੋਚ ਅੱਛੀ ਹੋਏਗੀ ਤਾਂ ਤੁਹਾਡੇ ਹਰ ਚੀਜ਼ 'ਤੇ ਇੱਕ ਪੋਜ਼ੀਟਿਵ ਉਹਦਾ ਰਿਜ਼ਲਟ ਮਿਲੇਗਾ। ਜੇ ਸਭ ਗੱਲ ਕਰੀਏ ਜੀ, ਜਿਹੜੇ ਅੱਜ ਨਾਟਕ ਦਿਖਾਏ ਗਏ, ਇਹਨਾਂ ਦਾ ਕਿੰਨਾ ਕੁ ਅਹਿਮ ਰੋਲ ਰਹੂਗਾ ਜ਼ਿੰਦਗੀ ਵਿੱਚ ਜਿਹੜਾ ਨਸ਼ਾ ਰੋਕ? ਫਰਕ ਪੈਂਦਾ ਜੀ, ਖਾਸ ਤੌਰ 'ਤੇ ਤੁਸੀਂ ਆਪਣੇ ਲੈਵਲ 'ਤੇ ਨਾ ਸੋਚੋ, ਬੱਚਿਆਂ 'ਤੇ ਬੜਾ ਅੱਛਾ ਅਸਰ ਪੈਂਦਾ। ਇਹ ਜਿੰਨੇ ਵੀ ਬੱਚੇ ਆਏ ਹੋਏ ਨੇ, ਇਹਦਾ ਇਹ ਮਤਲਬ ਨਹੀਂ ਕਿ ਜੋ ਅਸੀਂ ਦਿਖਾ ਰਹੇ ਹਾਂ ਕਿ ਇਹਨਾਂ ਦੇ ਵਿੱਚੋਂ ਸ਼ਾਇਦ ਕੋਈ ਨਸ਼ਾ ਕਰਦਾ ਹੋਵੇਗਾ, ਕੋਈ ਨਹੀਂ ਕਰਦਾ ਨਸ਼ਾ, ਲੇਕਿਨ ਉਹਨਾਂ ਨੂੰ ਜਾਣਕਾਰੀ ਜ਼ਰੂਰ ਮਿਲਦੀ ਕਿ ਨਸ਼ਾ ਕਿੰਨਾ ਬੁਰਾ ਹੁੰਦਾ ਹੈ ਜਾਂ ਉਸ ਤੋਂ ਕਿਸ ਤਰ੍ਹਾਂ ਬਚਣਾ ਹੈ, ਜਾਂ ਹਾਲਾਤ ਕੀ ਨੇ ਇਹਨਾਂ ਡਰਾਮਿਆਂ ਦਾ ਜਾਂ ਇਸ ਤਰ੍ਹਾਂ ਦੇ ਸਮਾਗਮਾਂ ਦਾ। ਇਹ ਅਸੀਂ ਦਰਅਸਲ ਨੌਜਵਾਨ ਪੀੜ੍ਹੀ ਦੇ ਪੇਰੈਂਟਸ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਬੱਚਿਆਂ ਬਾਰੇ ਜ਼ਿਆਦਾ ਟਾਈਮ ਨਹੀਂ ਦੇ ਸਕਦੇ ਜਾਂ ਜ਼ਿਆਦਾ ਬੱਚਾ ਮੋਬਾਈਲ 'ਤੇ ਰਹਿੰਦੇ ਨੇ? ਜੀ ਜੀ, ਪੇਰੈਂਟਸ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਇਹਦੇ ਵਿੱਚ। ਜਦ ਬੱਚੇ ਛੋਟੇ ਹੁੰਦੇ ਨੇ, ਖਾਸ ਤੌਰ 'ਤੇ ਸਾਡੇ ਪੰਜਾਬ 'ਚ ਅਸੀਂ ਥੋੜ੍ਹਾ ਜਿਹਾ ਨਜ਼ਰਅੰਦਾਜ਼ ਕਰ ਜਾਂਦੇ ਹਾਂ। ਇੱਕ ਜਿਹੜੀ ਖਾਸ ਤੌਰ 'ਤੇ ਮੈਂ ਦੱਸਣਾ ਚਾਹੁੰਦਾ ਗੱਲ, ਕਿ ਅਸੀਂ ਸ਼ਰਾਬ ਨੂੰ ਇਸ ਤਰ੍ਹਾਂ ਸਮਝਦੇ, ਬਹੁਤ ਸਾਰੇ ਗੰਦੇ ਨਸ਼ੇ ਹੈ, ਸਾਰੇ ਨਸ਼ੇ ਮਾੜੇ ਹੈ, ਪਹਿਲੀ ਗੱਲ ਤਾਂ ਇਹ। ਦੂਸਰੀ ਗੱਲ, ਸ਼ਰਾਬ ਹੈ ਜੋ ਉਹਨੂੰ ਅਸੀਂ ਮਨਜ਼ੂਰਸ਼ੁਦਾ ਨਸ਼ਾ ਸਮਝ ਸਕਦੇ ਹਾਂ ਜਾਂ ਸਮਝਦੇ ਹਾਂ ਕਿ ਗੌਰਮੈਂਟ ਵੱਲੋਂ ਵੀ ਸਾਨੂੰ ਇਜਾਜ਼ਤ ਮਿਲੀ ਹੋਈ ਹੈ ਥਾਂ ਥਾਂ 'ਤੇ ਦੁਕਾਨਾਂ ਨੇ, ਲੇਕਿਨ ਮੈਨੂੰ ਕਿਸੇ ਡਾਕਟਰ ਸਾਹਿਬ ਨੇ ਦੱਸਿਆ ਕਿ ਸਭ ਤੋਂ ਔਖਾ ਸ਼ਰਾਬ 'ਚ ਹੁੰਦਾ ਹੈ। ਇੱਕ ਹੱਦ ਤੱਕ ਤਾਂ ਇਹ ਠੀਕ ਹੈ, ਉਦੋਂ ਤੱਕ ਇਹ ਨਸ਼ਾ ਨਹੀਂ, ਉਸ ਤੋਂ ਹੱਦ ਤੋਂ ਜਦ ਜ਼ਿਆਦਾ ਹੋ ਜਾਂਦਾ ਫਿਰ ਇਹ ਨਸ਼ਾ ਤਿਆਰ ਕਰ ਜਾਂਦਾ, ਇਹਦਾ ਰੂਪ ਹੈ ਜਿਹੜਾ ਉਹ ਬਹੁਤ ਭਿਅੰਕਰ ਹੋ ਜਾਂਦਾ। ਸਾਡੇ ਬੱਚੇ ਕਈ ਦਫ਼ਾ ਛੋਟੇ ਹੁੰਦੇ ਹੈ, ਸਾਡੇ ਚਾਚੇ ਤਾਏ ਜਾਂ ਵੱਡੇ ਕਈ ਵਾਰੀ ਸ਼ੌਕੀਏ ਉਹਨਾਂ ਨੂੰ ਕਹਿ ਦਿੰਦੇ ਲੈ ਪੁੱਤ ਦੋ ਚਮਚੇ ਪੀ ਲਾ, ਤਾਂ ਬੱਚਾ ਖੇਡਦਾ ਫਿਰੂਗਾ।
ਉਹ ਬਹੁਤ ਘਾਤਕ ਸਾਬਤ ਹੁੰਦਾ। ਮੈਂ ਕਈ ਬੱਚੇ ਵੇਖੇ ਹੈ ਜਦ ਉਹ ਜਵਾਨ ਹੁੰਦੇ ਆ ਤਾਂ ਫਿਰ ਉਹਨਾਂ ਨੂੰ ਆਦਤ ਲੱਗ ਜਾਂਦੀ ਹੈ, ਔਰ ਸ਼ਰਾਬ ਹਰ ਨਸ਼ੇ ਦੀ ਮਾਂ ਹੈ। ਜਦ ਸ਼ਰਾਬੀ ਹੋ ਕੇ ਰਾਤ ਨੂੰ ਕੋਈ ਸੌਂ ਜਾਂਦਾ, ਅਗਲੇ ਦਿਨ ਉਹਦੇ ਤੋਂ ਉੱਠਿਆ ਨਹੀਂ ਜਾਂਦਾ, ਫਿਰ ਗੋਲੀ ਗੱਪਾ ਕੋਈ ਨਾ ਕੋਈ ਹੋਰ ਲੈਣਾ ਪੈਂਦਾ, ਔਰ ਹੋਰ ਤਰ੍ਹਾਂ ਦੇ ਨਸ਼ੇ ਆ ਜਾਂਦੇ। ਸਾਰੇ ਕਾਫੀ ਪਾਕਿਸਤਾਨ ਦੀਆਂ ਮੂਵੀਆਂ ਵੇਖਦੇ।